ਅੰਮ੍ਰਿਤਸਰ ਸਿੱਖ ਸ਼ਹਿਰ ਦੇ ਬੰਦੇ ਸੱਜਣੋ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ। ਮੁੱਖ ਮੰਤਰੀ ਬਾਦਲ ਸਾਹਿਬ ਦਾ ਬਹੁਤ ਜ਼ਿਆਦਾ ਮਨ ਸੀ ਕਿ ਜਿਹੜੇ ਪੰਜਾਬ ਦੇ ਸਾਰੇ ਧਰਮ ਸਥਾਨ ਜਿਹੜੇ ਹੈਗੇ ਉਹਨਾਂ ਦਾ ਸੁੰਦਰੀਕਰਨ ਕੀਤਾ ਜਾਏ। ਬਾਦਲ ਸਾਹਿਬ ਇੱਕ ਇਹੋ ਜਿਹੇ ਇਨਸਾਨ ਹੈ ਉਹਨਾਂ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਸਰਕਾਰੀ ਤੌਰ ਤੇ ਮਨਾਏ ਜਾਂਦੇ। ਤੁਸੀਂ ਦੇਖਿਆ ਹੋਣਾ ਪੰਜਾਬ ਵਿੱਚ ਕਿਤੇ ਦੰਗਾ ਫਸਾਦ ਨਹੀਂ ਹੋਇਆ। ਪੰਜਾਬ ਵਿੱਚ ਮੈਂ ਕਹਿੰਦਾ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਤੇ ਸਾਰੇ ਧਰਮਾਂ ਦੇ ਲੋਕ ਪਿਆਰ ਨਾਲ ਰਹਿੰਦੇ ਆ ਤੇ ਸਾਰੇ ਧਰਮਾਂ ਦੇ ਲੋਕ ਜੇ ਕਿਸੇ ਵੀ ਧਰਮ ਦਾ ਸ਼ੁਭ ਦਿਹਾੜਾ ਹੋਵੇ ਉਹ ਇਕੱਠੇ ਹੋ ਕੇ ਮਨਾਉਂਦੇ ਆ। ਆਹ ਇੱਕ ਬਹੁਤ ਵੱਡੀ ਖਾਸੀਅਤ ਪੰਜਾਬੀਆਂ ਦੀ ਹੈ। ਮੁੱਖ ਮੰਤਰੀ ਬਾਦਲ ਸਾਹਿਬ ਨੇ ਆਪਣੇ ਰਾਜ ਵਿੱਚ ਕੋਸ਼ਿਸ਼ ਕੀਤੀ ਕਿ ਜਿਹੜੇ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਹੈ ਤੇ ਸ਼ੁਭ ਸਥਾਨ ਹੈ ਉਹਨਾਂ ਨੂੰ ਵਧੀਆ ਬਣਾਇਆ ਜਾਏ। ਤੁਸੀਂ ਜਾਣਦੇ ਹੋ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਹਦੇ ਬਾਹਰ ਜਿਹੜਾ ਆਪਣਾ ਟਾਊਨ ਹਾਲ ਕੰਪਲੈਕਸ ਹੈ ਉਹ ਅਸੀਂ ਸੁੰਦਰ ਬਣਾਇਆ। ਮੁੱਖ ਮੰਤਰੀ ਰਾਮ ਬਾਦਲ ਸਾਹਿਬ ਨੇ ਰਾਮ ਤੀਰਥ ਸਥਾਨ ਤੇ ਕਰੋੜਾਂ ਰੁਪਏ ਲਾ ਕੇ ਉਹਨੂੰ ਸੁੰਦਰ ਕਰਨਾ ਸੁੰਦਰ ਬਣਾਉਣ ਦਾ ਪ੍ਰੋਗਰਾਮ ਚੰਗੀ ਪੱਧਰ ਤੇ ਚੱਲ ਰਿਹਾ। ਉਹਨਾਂ ਨੇ ਦੁਰਗਿਆਨਾ ਮੰਦਰ ਇਸ ਤੀਰਥ ਸਥਾਨ ਨੂੰ ਖੂਬਸੂਰਤ ਬਣਾਉਣ ਵਾਸਤੇ ਹਿੰਦੁਸਤਾਨ ਦੇ ਸਭ ਤੋਂ ਬਿਹਤਰੀਨ ਆਰਕੀਟੈਕਟ ਬੁਲਾਏ। ਉਹਨਾਂ ਨੂੰ ਕਿਹਾ ਇਸ ਪਵਿੱਤਰ ਸਥਾਨ ਨੂੰ ਬਹੁਤ ਹੀ ਸੁੰਦਰ ਬਣਾਇਆ ਜਾਏ। ਉਹਨਾਂ ਆਰਕੀਟੈਕਟ ਨੇ ਆਪਣਾ ਇੱਕ ਨਕਸ਼ਾ ਦਿੱਤਾ ਉਹ ਅਸੀਂ ਉਹਨਾਂ ਨੂੰ ਅਪਰੂਵ ਕੀਤਾ ਤੇ ਤਕਰੀਬਨ ਆ ਜਿਹੜਾ ਦੁਰਗਿਆਨਾ ਮੰਦਰ ਆ ਤੀਰਥ ਸਥਾਨ ਹੈ ਇਹਦੀ ਸੁੰਦਰਤਾ ਬਣਾਉਣ ਸਾਰੇ ਕੰਮ ਹੁੰਦੇ ਤਕਰੀਬਨ 115 ਕਰੋੜ ਰੁਪਇਆ ਲੱਗੂਗਾ। ਤੇ ਮੈਂ ਇੰਨਾ ਕਹਿ ਸਕਦਾ ਕਿ ਅਗਲੇ 6 ਮਹੀਨੇ ਬਾਅਦ ਜਿੰਨ ਵਜਦੇ ਆਉਂਗੇ ਤੁਸੀਂ ਆਪ ਹੈਰਾਨ ਰਹੇ ਹੋਵੋਗੇ ਕਿ ਆਹ ਬਣਿਆ ਕੀ ਇੰਨੀ ਖੂਬਸੂਰਤ ਜਗ੍ਹਾ ਕਿਵੇਂ ਬਣ ਗਈ ਹੈ। ਮੈਂ ਜੋਸ਼ੀ ਸਾਹਿਬ ਨੂੰ ਮੈਂ ਕਹਿ ਰਿਹਾ ਸੀ ਕਿ ਜਿੰਨੀ ਜਲਦੀ ਟੈਂਡਰ ਲੱਗ ਜਾਏ ਕਿਉਂਕਿ ਮਹਿਕਮਾ ਉਹਨਾਂ ਕੋਲ ਹੈ ਜਲਦੀ ਤੋਂ ਜਲਦੀ ਮਹਿਕਮਾ ਲਾਓ। ਪੈਸੇ ਅਸੀਂ ਭੇਜ ਦਿੱਤੇ ਹੈ ਤੇ ਮੈਨੂੰ ਆਸ ਹੈ ਜਿਹੜੇ ਅਸੀਂ ਆਰਕੀਟੈਕਟ ਨਾਲ ਗੱਲ ਕੀਤੀ ਸੀ ਕਿ ਉਹਨਾਂ ਨੇ ਕਿਹਾ ਕਿ 6 ਮਹੀਨੇ ਦੇ ਅੰਦਰ ਮੁਕੰਮਲ ਹੋ ਸਕਦਾ ਹੈ ਤੋ ਇਸ ਕਰਕੇ ਆਹ ਪ੍ਰੋਜੈਕਟ ਪੂਰਾ ਮੁਕੰਮਲ ਹੋ ਜਾਣਾ। ਗੱਲੇ ਆਉਂਦੀ ਮੈਂ ਪੁੱਛਣਾ ਚਾਹੁੰਦਾ 9 ਸਾਲ ਪਹਿਲੇ ਅੰਮ੍ਰਿਤਸਰ ਸ਼ਹਿਰ ਦੀ ਕੀ ਹਾਲਤ ਸੀ ਤੇ 9 ਸਾਲਾਂ 'ਚ ਕਿੰਨਾ ਫਰਕ। ਭਲੇ ਤੁਸੀਂ 2 ਮਹੀਨੇ ਬਾਅਦ ਜਦੋਂ ਸਾਰੇ ਕੰਮ ਮੁਕੰਮਲ ਹੋਣ ਲੱਗ ਗਏ ਤੁਸੀਂ ਹੈਰਾਨ ਰਹਿ ਜਾਓਗੇ। ਤੁਸੀਂ ਅਖਬਾਰ 'ਚ ਹੀ ਪੜ੍ਹਿਆ ਹੋਣਾ ਅਸੀਂ ਪਿਛਲੇ 9 ਸਾਲਾਂ 'ਚ ਤਕਰੀਬਨ 3000 ਕਰੋੜ ਤੋਂ ਵੱਧ ਰੁਪਇਆ ਗੁਰੂ ਦੀ ਨਗਰੀ 'ਚ ਲਾਇਆ। ਹਲੇ ਬਹੁਤ ਕੰਮ ਹੋਣ ਵਾਲੇ ਹੈ। ਪਰਮਾਤਮਾ ਦੀ ਮਿਹਰ ਹੋਏ ਬਖਸ਼ਿਸ਼ ਹੋਏ ਸਰਕਾਰ ਤੁਸੀਂ ਬਣਾ ਦਿਓ ਅਗਲੇ 5 ਸਾਲਾਂ 'ਚ ਮੈਂ ਕਹਿ ਸਕੂੰਗਾ ਹਿੰਦੁਸਤਾਨ
ਬਾਕੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਡਾ ਟੂਰਿਸਟ ਦਾ ਹੱਬ ਬਣਾਇਆ ਜਾਏ, ਇੱਥੇ ਲੱਖਾਂ ਹੋਰ ਬਾਹਰਲੇ ਫੋਰਨ ਟੂਰਿਸਟ ਆਉਣ। ਜੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿੱਚ ਫੋਰਨ ਟੂਰਿਸਟ ਆਊਗਾ, ਉਹਦੇ ਨਾਲ ਇੱਥੋਂ ਦੀ ਇਕਾਨਮੀ ਵਧੂਗੀ, ਇੱਥੋਂ ਦਾ ਵਪਾਰ ਵਧੂਗਾ। ਜਿਵੇਂ ਦੁਬਈ ਹੈ, ਉੱਥੇ ਕੋਈ ਕਾਰਖਾਨਾ ਨਹੀਂ, ਇਕੱਲੇ ਟੂਰਿਸਟ ਦੇ ਸਿਰ ਤੇ ਦੁਬਈ ਚੱਲ ਰਿਹਾ, ਇਕੱਲੇ ਟੂਰਿਸਟ ਦੇ ਸਿਰ ਤੇ ਸਿੰਗਾਪੁਰ ਚੱਲ ਰਿਹਾ। ਤੇ ਮੈਂ ਕਹਿ ਸਕਦਾ ਸਭ ਤੋਂ ਵੱਡਾ ਵਪਾਰ ਟੂਰਿਜ਼ਮ ਹੈ। ਟੂਰਿਜ਼ਮ ਇੱਥੇ ਲਿਆਉਣ ਦਾ ਨਿਸ਼ਾਨਾ ਮੈਂ ਰੱਖਿਆ ਕਿ ਇਹ ਐਡਾ ਵਧੀਆ ਕਰ ਲਾਂਗੇ। ਮੈਨੂੰ ਹੋਰ ਵੀ ਮਦਦ ਦੱਸਣਾ ਚਾਹੁੰਦਾ, ਮੈਂ ਸੁਸ਼ਮਾ ਸਵਰਾਜ ਜੀ ਨਾਲ ਗੱਲ ਕੀਤੀ ਸੀ, ਸ਼ਾਇਦ ਦਸੰਬਰ 'ਚ ਅਸੀਂ ਕਾਮਯਾਬ ਹੋ ਜਾਈਏ। ਕੋਈ 30-40 ਮੁਲਕਾਂ ਦੇ ਮਿਨਿਸਟਰਾਂ ਦਾ ਸਮਿਟ ਅਸੀਂ ਇੱਥੇ ਗੁਰੂ ਦੀ ਨਗਰੀ ਕਰਾਉਣ ਲੱਗੇ ਹਾਂ। ਉਹ ਮਿਨਿਸਟਰ 30-40 ਦੁਨੀਆ ਦੇ ਅੰਦਰ ਕਰਾਉਣਗੇ, ਉਹਨਾਂ ਦਾ ਸਮਿਟ ਦਿੱਲੀ ਹੋਣ ਦੇ ਬਜਾਏ ਅਸੀਂ ਦਸੰਬਰ ਵਿੱਚ ਇਸ ਗੁਰੂ ਦੀ ਨਗਰੀ ਕਰਾ ਤੇ ਕਾਮਯਾਬ ਹੋ ਗਏ। ਤੇ ਤੁਸੀਂ ਦੇਖੋ ਕਿੱਥੇ ਨਾ ਆਪਣੀ ਗੁਰੂ ਦੀ ਨਗਰੀ ਦਾ ਟੂਰਿਜ਼ਮ ਦੇ ਖੇਤਰ ਜਾਊਗਾ। ਬਾਕੀ ਅਸੀਂ ਜਿਹੜੇ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ, ਉੱਥੇ ਅਸੀਂ ਇੱਕ ਬਹੁਤ ਵੱਡਾ ਟੂਰਿਜ਼ਮ ਦਾ, ਅੱਛਾ ਜਿਵੇਂ ਤੁਸੀਂ ਡਿਜ਼ਨੀਲੈਂਡ ਜਾਂਦੇ ਹੋ, ਉਹ ਜਿਹਾ ਕੰਪਲੈਕਸ ਤਿਆਰ ਕਰਨ ਦਾ ਪ੍ਰੋਗਰਾਮ ਬਣਾ ਰਿਹਾ, ਟੈਂਡਰ ਵੀ ਹੋ ਗਿਆ, ਦੋ ਚਾਰ ਦਿਨਾਂ 'ਚ ਲੋਟ ਵੀ ਹੋ ਜਾਣੇ। ਬਹੁਤ ਵੱਡੀਆਂ ਕੰਪਨੀਆਂ ਆਈਆਂ, ਕਿਸੇ ਤਕਰੀਬਨ 250 ਕਰੋੜ ਰੁਪਇਆ ਇੱਥੇ ਲੱਗੂਗਾ, ਜਿਹਦੇ ਨਾਲ ਤੁਸੀਂ ਦੇਖੋਗੇ ਕਿ ਜਿਹੜੇ ਟੂਰਿਸਟ ਆਉਂਦੇ ਉਹਨਾਂ ਨੂੰ 2-3 ਦਿਨ ਹੋਰ ਰਹਿਣ ਦਾ ਇੱਥੇ ਮੌਕਾ ਬਚੂਗਾ। ਤੇ ਜਿਹੜੇ ਪੰਜਾਬ ਦੇ ਬੱਚੇ ਆ ਜਿਹਨਾਂ ਨੂੰ ਕੋਈ ਖੇਡਾਂ ਦਾ ਜਾਂ ਹੋਰ ਟੂਰਿਜ਼ਮ ਦੀ ਸ਼ੌਂਕ ਹੈ, ਉਹ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਕਿਲ੍ਹਾ ਹੈ ਉਹਦੇ ਉੱਤੇ ਜਾ ਕੇ ਉੱਥੇ ਲੱਖਾਂ ਨੌਜਵਾਨ ਉੱਥੇ ਜਾਣਗੇ ਕਿ ਆਪਣੀ ਉੱਥੇ ਪੂਰਾ ਦਿਨ ਉੱਥੇ ਪੂਰਾ ਲਾ ਸਕਣਗੇ। ਸੋ ਮੈਂ ਇੰਨਾ ਹੀ ਕਹਿਣਾ ਚਾਹੁੰਦਾ, ਪੰਜਾਬ ਤਰੱਕੀ ਦੇ ਰਾਹ ਤੇ ਅਸੀਂ ਜੋ ਵਾਅਦੇ ਕੀਤੇ ਤੁਹਾਡੇ ਨਾਲ ਪੂਰੇ ਕੀਤੇ। ਅਸੀਂ ਕਿਹਾ ਬਿਜਲੀ ਸਰਪਲਸ ਕਰ ਲਾਂਗੇ, ਬਿਜਲੀ 70 ਪ੍ਰਾਪਤੀ, ਅਸੀਂ ਕਿਹਾ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨਾਲ 4-6 ਲੇਨ ਦੀਆਂ ਸੜਕਾਂ ਨਾਲ ਜੋੜ ਲਾਂਗੇ, ਉਹ ਕੰਮ ਅਸੀਂ ਮੁਕੰਮਲ ਕਰ ਦਿੱਤਾ ਤਾਂ ਚੱਲ ਰਿਹਾ। ਯਾਦ ਕਰੋ ਪਹਿਲੇ ਤੁਸੀਂ ਪਠਾਨਕੋਟ ਅੰਮ੍ਰਿਤਸਰ ਤੋਂ ਜਾਂਦੇ ਸੀ ਤੇ ਪੱਖੀਆਂ ਟੁੱਟ ਜਾਂਦੀਆਂ ਸੀ, ਹੁਣ ਪਤਾ ਲੱਗਦਾ ਜਦੋਂ ਪਠਾਨਕੋਟ ਪਤਾ ਹੀ ਲੱਗਦਾ ਕਿ ਅੰਮ੍ਰਿਤਸਰ ਤੋਂ ਚੱਲੇ ਤੇ ਪਠਾਨਕੋਟ ਪਹੁੰਚ ਗਏ। ਉਵੇਂ ਬਠਿੰਡੇ ਜਾਣਾ ਹੁੰਦਾ ਸਿੰਗਲ ਸੜਕ ਹੈ, ਤੇ ਹੁਣ ਜਾ ਕੇ ਦੇਖੋ 2200 ਕਰੋੜ ਰੁਪਏ ਲਾ ਕੇ 4 ਲੇਨ ਦੀ ਸੜਕ ਦਾ ਕੰਮ ਚੱਲ ਰਿਹਾ। ਉਵੇਂ ਹੀ ਜਲੰਧਰ ਦੀ ਸੜਕ ਤੇ ਚੱਲ ਰਿਹਾ ਜਿਹੜਾ ਆਪਣਾ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਹੈ। ਅਸੀਂ ਬੜੀ ਮਿਹਨਤ ਕੀਤੀ ਮੋਦੀ ਜੀ ਦੀ ਸਰਕਾਰ ਦੇ ਵਿੱਚ, ਤੇ ਕਈ ਹੋਰ ਪ੍ਰਾਜੈਕਟਾਂ ਇੱਥੇ ਸ਼ੁਰੂ ਹੋ ਗਈਆਂ ਜਿਹੜੀਆਂ ਕਾਂਗਰਸ ਦੇ ਸਮੇਂ 'ਚ ਬੰਦ ਹੋ ਗਈਆਂ ਸੀ। ਇਸ ਕਰਕੇ ਮੈਂ ਅੱਜ ਕਹਿਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬੀਆਂ ਦੀ ਖੁਸ਼ਹਾਲੀ ਦਾ ਨਿਸ਼ਾਨਾ ਹੈ, ਅਮਨ ਸ਼ਾਂਤੀ ਦਾ ਨਿਸ਼ਾਨਾ ਹੈ, ਭਾਈਚਾਰੇ ਇਨਸਾਨ ਦਾ ਨਿਸ਼ਾਨਾ ਹੈ। ਕਈ ਹੋਰ ਪਾਰਟੀਆਂ ਜਿਹੜੀਆਂ ਇੱਥੇ ਆਈਆਂ ਜਿਵੇਂ ਕਾਂਗਰਸ, ਤੁਸੀਂ ਦੇਖਿਆ ਕੀ ਹਾਲਾਤ ਕਾਂਗਰਸ ਨੇ ਕੀਤੇ, ਕੀ ਹਾਲਾਤ ਕਾਂਗਰਸ ਦੇ ਰਾਜ ਪੰਜਾਬ ਹੁੰਦੇ ਸੀ। ਕੈਪਟਨ ਅਮਰਿੰਦਰ ਸਿੰਘ ਭਾਵੇਂ ਗੁਰੂ ਦੀ ਨਗਰੀ ਚੋਂ ਮੈਂਬਰ ਪਾਰਲੀਮੈਂਟ ਬਣ ਕੇ ਗਏ, ਪਰ ਇੱਕ ਦਿਨ ਵਾਪਸ ਨਹੀਂ ਆਏ। ਮੈਨੂੰ ਲੱਗਦਾ ਹਜ਼ਾਰਾਂ ਵਾਰ ਮੈਂ ਇੱਥੇ ਅੰਮ੍ਰਿਤਸਰ ਦੀ ਗੁਰੂ ਦੀ ਨਗਰੀ ਆਪ ਗਲੀ ਗਲੀ ਜਾ ਕੇ ਮੈਂ ਡਿਵੈਲਪਮੈਂਟ ਦੀ ਪਲਾਨਿੰਗ ਕੀਤੀ ਤੇ ਗਲੀ ਗਲੀ ਜਾ ਕੇ ਤੁਹਾਡੀ ਡਿਵੈਲਪਮੈਂਟ ਮੁਕੰਮਲ ਦੇ ਸਿਰੇ ਤੇ ਲਾਈ, ਕਿਉਂਕਿ ਸਾਡੇ ਦਿਲ ਜੋ ਦਰਦ ਹੈ ਉਹ ਪਿਆਰ ਹੈ ਪੰਜਾਬ ਵਾਸਤੇ। ਇਹ ਨਾ ਕਾਂਗਰਸ ਤੇ ਨਾ ਟੋਪੀਆਂ ਵਾਲਾ ਹੈਰਾਨ ਕਿਹੜੀ ਮਤ ਪਰਿਆ ਫਿਰਦਾ। ਤੁਸੀਂ ਆਪ ਦੇਖ ਲਓ ਜਿਹੜੀ ਪਾਰਟੀ ਦੇ ਲੀਡਰ ਕਿਸੇ ਧਰਮ ਦਾ ਸਤਿਕਾਰ ਨਹੀਂ ਕਰ ਸਕਦੇ, ਜਿਹੜੇ ਕੁਰਾਨ ਸ਼ਰੀਫ ਦੀ ਬੇਇੱਜ਼ਤੀ
ਨਹੀਂ ਚਲਾ ਸਕਦੇ। ਇਸ ਕਰਕੇ ਆਪਣੀ ਆਪਣੀ ਹੁੰਦੇ ਹੈ। ਤੇ ਮੈਂ ਕਹਿ ਸਕਦਾ ਸਰ ਪ੍ਰਕਾਸ਼ ਸਿੰਘ ਜੀ ਬਾਦਲ ਵਰਗਾ ਕੋਈ ਇਨਸਾਨ ਨਹੀਂ। ਮੈਂ ਨਹੀਂ ਕਹਿੰਦਾ ਕਿ ਮੇਰੇ ਪਿਤਾ ਹੈ, ਪਰ ਮੈਂ ਇੰਨਾ ਕਹਿ ਸਕਦਾ ਜੋ ਵਕਤ ਦਾ ਪ੍ਰਕਾਸ਼ ਸਿੰਘ ਜੀ ਬਾਦਲ ਨੇ ਮੱਚ ਪੰਜਾਬੀਆਂ ਪ੍ਰਤੀ ਹੈ, ਪੰਜਾਬ ਦੀ ਤਰੱਕੀ ਪ੍ਰਤੀ ਹੈ, ਪੰਜਾਬ ਦੇ ਹਰ ਬੱਚੇ ਬੱਚੇ ਦੀ ਖੁਸ਼ਹਾਲੀ ਪ੍ਰਤੀ ਹੈ, ਉਹ ਦਰਦ ਮੈਨੂੰ ਕਿਸੇ ਚ ਨਹੀਂ। ਅਸੀਂ ਤਾਂ ਉਹਨਾਂ ਦੇ ਥੱਲੇ ਕੰਮ ਕਰਕੇ ਬਹੁਤ ਕੁਛ ਸਿੱਖਿਆ ਤੇ ਮਗਾਂ ਦਾ ਸਿੱਖੇ ਖੋਲ ਦਿੰਦੇ ਹਾਂ। ਤੇ ਮੈਂ ਅਖੀਰ ਵਿੱਚ ਅੱਜ ਬੜੀ ਖੁਸ਼ੀ ਹੈ, ਜ਼ਰੂਰ ਖੁਸ਼ੀ ਹੈ ਕਿ ਜਿਹੜਾ ਸੁਪਨਾ ਸੀ ਬਾਦਲ ਸਾਹਿਬ ਦਾ ਕਿ ਸ੍ਰੀ ਸੁਖੇਰਾ ਮੰਦਰ ਤੀਰਥ ਸਥਾਨ ਨੂੰ ਬਹੁਤ ਖੂਬਸੂਰਤ ਬਣਾਉਣਾ, ਉਹ ਸੁਪਨਾ ਪੂਰਾ ਹੋਣ ਲੱਗਿਆ। ਅੱਜ ਉਹਦੀ ਸ਼ੁਰੂਆਤ ਹੈ ਤੇ 6 ਮਹੀਨੇ 'ਚ ਅਸੀਂ ਮੁਕੰਮਲ ਕਰਕੇ ਤੁਹਾਨੂੰ ਆਪ ਸਾਰੀ ਚੀਜ਼ ਮੁਕੰਮਲ ਕਰਕੇ ਦੇਵਾਂਗੇ। ਪੈਸੇ ਦੀ ਕਮੀ ਨਹੀਂ ਲੱਗੂਗੀ। ਜੇ 15-20 ਕਰੋੜ ਹੋਰ ਵੀ ਲੋੜ ਪਿਆ, ਹੋਰ ਵੀ ਮੁੱਦਾ ਹੈ, ਉਹ ਵੀ ਅਸੀਂ ਪੂਰਾ ਕਰਾਂਗੇ। ਬਹੁਤ ਬਹੁਤ ਧੰਨਵਾਦ। ਜੈ ਸ਼੍ਰੀ ਰਾਮ।